ਜਾਖੜ ਸਾਹਿਬ, ਤੁਸੀਂ ਵੀ ਅਤੇ ਤੁਹਾਡੇ ਚਾਚਾ ਜੀ ਨੂੰ ਵੀ ਕਹਿ ਦਿਓ, ਉਹ ਵੀ ਇੱਕ ਇੰਟਰਵਿਊ 'ਚ ਕਹਿ ਰਹੇ ਸੀਗੇ ਲਿਟਲ ਨੌਲੇਜ ਇਜ਼ ਟੂ ਡੇਂਜਰਸ, ਹੈ ਨਾ। ਜ਼ਰੂਰੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਜਾ ਕੇ ਹੀ ਮਿਲੇ ਨੱਡਾ ਨੂੰ, ਫੋਨ 'ਤੇ ਗੱਲ ਹੋ ਗਈ ਤਾਂ ਉਹਨਾਂ ਨੇ ਕਿਹਾ ਮੈਨੂੰ ਅਫਸਰ ਭੇਜੋ, ਮੇਰੇ ਅਫਸਰਾਂ ਕੋਲ ਮਿਲਾਓ ਅਤੇ ਤੁਹਾਡਾ ਕੰਮ ਹੋ ਜੂਗਾ। ਸਾਡੇ ਅਫਸਰ ਬੈਠੇ ਨੇ, ਮੈਂ ਤੁਹਾਨੂੰ ਦੱਸ ਸਕਦਾ, ਅਤੇ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ DAP ਦਾ ਉਹ ਪੂਰਾ ਹੋਊਗਾ। ਉਹ ਕਹੇ ਸੀ ਸੁਪਰਫਾਸਟ, ਮੈਂ ਕਿਹਾ ਦੇਖੋ ਸੁਪਰ ਜਿਹੜੀ ਆ ਦੂਜੀ ਹੈ SP ਹੈ ਉਹਦੇ 'ਚ 1.5 ਬੋਰੀ ਲੱਗਦੀ ਹੈ। ਮੈਂ ਕਿਹਾ ਜੀ ਬਦਲ ਤਾਂ ਹੈਗਾ ਉਹ, ਪਰ ਜੇ ਤੁਹਾਡੇ ਕੋਲ DAP ਹੈਗਾ ਸਾਨੂੰ DAP ਦਿਓ ਨਾ, ਸਾਨੂੰ ਆਦਤ ਸਾਡੇ DAP ਹੈ, ਸਾਡੇ ਮਾਇੰਡ 'ਚ DAP ਹੈ, ਠੀਕ ਹੈ ਨਾ। ਸੋ ਇਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ, DAP ਬਿਲਕੁਲ ਪ੍ਰੋਪਰ ਮਿਲੂਗਾ, ਕੋਈ DAP ਦੀ ਘਾਟ ਨਹੀਂ ਰਹੂਗੀ। ਅੱਜ ਮੈਂ ਖੇਤੀਬਾੜੀ ਦੀ ਗੱਲ ਚੱਲਦੀ ਹੈ, ਕੱਲ੍ਹ ਮਾਣਯੋਗ ਸਾਡੇ ਜਾਖੜ ਸਾਹਿਬ ਨੇ, ਉਹਨਾਂ ਨੇ DAP ਦੀ ਗੱਲ ਕੀਤੀ ਸੀ। ਮੈਂ ਉਹਨਾਂ ਦੇ ਜਿਹੜੇ ਮਿਨਿਸਟਰ ਨੇ JP ਨੱਡਾ ਜੀ, ਮੈਂ ਉਹਨਾਂ ਨਾਲ ਗੱਲ ਕੀਤੀ ਫੋਨ 'ਤੇ। ਮੈਂ ਕਿਹਾ ਵੀ ਸੈਂਟਰਲ ਪੂਲ ਦੇ ਵਿੱਚ ਅਸੀਂ ਕਣਕ ਤੁਹਾਨੂੰ ਲਗਭਗ 120 ਲੱਖ ਮੀਟ੍ਰਿਕ ਟਨ ਦਿੰਦੇ ਹਾਂ, ਕਿਉਂ ਕਣਕ ਆਪਾਂ ਘੱਟ ਦਿੰਦੇ ਹਾਂ, ਕਿਉਂਕਿ ਕਣਕ ਆਪਣੀ ਖੁਰਾਕ ਹੈ, ਬਹੁਤ ਸਾਰੀ ਕਣਕ ਘਰੇ ਵੀ ਰੱਖ ਲੈਂਦੇ ਆਪਾਂ ਸਾਰੇ ਸਾਲ ਵਾਸਤੇ, ਜਾਂ ਆਪਣੇ ਜਿਹੜੇ ਸੀਰੀ ਸਾਂਝੀ ਨੇ ਜਾਂ ਜਿਹੜੇ ਆਪਣੇ ਕੰਮ ਕਰਦੇ ਆ ਉਹਨਾਂ ਲਈ ਵੀ ਕਣਕ ਰੱਖ ਲੈਂਦੇ ਆਪਾਂ, ਕਣਕ ਘੱਟ ਜਾਂਦੀ। ਝੋਨਾ ਕਿਉਂਕਿ ਆਪਣੀ ਚੌਲ ਆਪਣੀ ਖੁਰਾਕ ਨਹੀਂ, ਝੋਨਾ ਤਾਂ 99% ਹੀ ਜਾਂਦਾ। ਸੋ ਮੈਂ ਕਿਹਾ ਜੀ ਸੈਂਟਰ ਪੂਲ 'ਚ 120 ਲੱਖ ਮੀਟ੍ਰਿਕ ਟਨ ਅਸੀਂ ਤੁਹਾਨੂੰ ਦੇਵਾਂਗੇ, ਅਤੇ ਸਾਨੂੰ ਤੁਸੀਂ ਹਜੇ ਤੱਕ DAP ਦਾ ਅਗਸਤ ਵਾਲਾ ਕੋਟਾ ਨਹੀਂ ਦਿੱਤਾ, ਅਸੀਂ ਕਿਵੇਂ ਬੀਜਾਂਗੇ ਜਨਾਬ? ਫਿਰ ਤੁਸੀਂ ਮੈਥੋਂ ਇਹ ਨਾ ਕਹੋ ਕਿ ਮੈਂ PDS ਵਾਸਤੇ ਹੈ ਨਹੀਂ, ਮੇਰੇ ਕੋਲ ਦਾਣੇ ਹੈ ਨਹੀਂ, ਇੰਨੀ ਤਾਂ ਅਸੀਂ ਉਗਾ ਲਾਂਗੇ ਕਿ ਸਾਡੇ ਖਾਣ ਜੋਗੀ ਹੈਗੀ ਜਾਂ ਵੇਚਣ ਜੋਗੀ, ਇੰਨੀ ਕੁ ਤਾਂ ਕਰ ਲਾਂਗੇ। ਪਰ ਤੁਸੀਂ ਘੱਟੋ ਘੱਟ ਆਪਣਾ ਤਾਂ ਤੁਸੀਂ ਸੈਂਟਰ ਆਪਦਾ, ਜੇ ਇੰਪੋਰਟ ਦਾ ਕੋਈ ਪੰਗਾ ਹੈ ਤਾਂ ਸੈਂਟਰ ਆਪਣਾ ਠੀਕ ਕਰੇ, ਸਾਨੂੰ ਤਾਂ ਦਿਓ ਨਾ ਤੁਸੀਂ, ਫਿਰ ਹੀ ਅਸੀਂ ਤੁਹਾਨੂੰ ਸੈਂਟਰ ਪੂਲ 'ਚ ਦੇਵਾਂਗੇ ਨਾ। ਤਾਂ ਉਹਨਾਂ ਨੇ ਕਿਹਾ, ਮੈਂ ਅਫਸਰ ਬੁਲਾਏ, ਉਹਨਾਂ ਨੇ ਆਪਣੇ ਫੋਨ 'ਤੇ ਹੋਲਡ ਕਰਕੇ ਕਿਹਾ, ਕਿਉਂਕਿ ਪੰਜਾਬ ਦਾ ਕੋਟਾ ਜਿਹੜਾ ਉਹ ਬਿਲਕੁਲ ਪੂਰਾ ਹੋਊਗਾ, ਤੁਸੀਂ ਆਪਣੇ ਅਫਸਰ ਭੇਜੋ। ਤਾਂ ਕਰਕੇ ਕੈਪਸਨਾ ਜਿਹੜੇ ਸਾਡੇ ਅਫਸਰ ਨੇ, ਮੈਂ ਉਹਨਾਂ ਨੂੰ ਉੱਥੇ ਭੇਜਿਆ ਸੀ, ਜਾਖੜ ਸਾਹਿਬ ਤੁਸੀਂ ਵੀ ਅਤੇ ਤੁਹਾਡੇ ਚਾਚਾ ਜੀ ਨੂੰ ਵੀ ਕਹਿ ਦਿਓ, ਉਹ ਵੀ ਇੱਕ ਇੰਟਰਵਿਊ 'ਚ ਕਹਿ ਰਹੇ ਸੀਗੇ ਲਿਟਲ ਨੌਲੇਜ ਇਜ਼ ਟੂ ਡੇਂਜਰਸ, ਹੈ ਨਾ। ਜ਼ਰੂਰੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਜਾ ਕੇ ਹੀ ਮਿਲੇ ਨੱਡਾ ਨੂੰ, ਫੋਨ 'ਤੇ ਗੱਲ ਹੋ ਗਈ ਤਾਂ ਉਹਨਾਂ ਨੇ ਕਿਹਾ ਮੈਨੂੰ ਅਫਸਰ ਭੇਜੋ, ਮੇਰੇ ਅਫਸਰਾਂ ਕੋਲ ਮਿਲਾਓ ਅਤੇ ਤੁਹਾਡਾ ਕੰਮ ਹੋ ਜੂਗਾ। ਸਾਡੇ ਅਫਸਰ ਬੈਠੇ ਨੇ, ਮੈਂ ਤੁਹਾਨੂੰ ਦੱਸ ਸਕਦਾ, ਅਤੇ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ DAP ਦਾ ਉਹ ਪੂਰਾ ਹੋਊਗਾ। ਉਹ ਕਹੇ ਸੀ ਸੁਪਰਫਾਸਟ, ਮੈਂ ਕਿਹਾ ਦੇਖੋ ਸੁਪਰ ਜਿਹੜੀ ਆ ਦੂਜੀ ਹੈ SP ਹੈ ਉਹਦੇ 'ਚ 1.5 ਬੋਰੀ ਲੱਗਦੀ ਹੈ। ਮੈਂ ਕਿਹਾ ਜੀ ਬਦਲ ਤਾਂ ਹੈਗਾ ਉਹ, ਪਰ ਜੇ ਤੁਹਾਡੇ ਕੋਲ DAP ਹੈਗਾ ਸਾਨੂੰ DAP ਦਿਓ ਨਾ, ਸਾਨੂੰ ਆਦਤ ਸਾਡੇ DAP ਹੈ, ਸਾਡੇ ਮਾਇੰਡ 'ਚ DAP ਹੈ, ਠੀਕ ਹੈ ਨਾ। ਸੋ ਇਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ, DAP ਬਿਲਕੁਲ ਪ੍ਰੋਪਰ ਮਿਲੂਗਾ, ਕੋਈ DAP ਦੀ ਘਾਟ ਨਹੀਂ ਰਹੂਗੀ।